ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ। ਔਰ ਕੁਛ ਨਿਗਾਹ ਮਾਰਦੇ ਹਾਂ ਆਲੇ ਦੁਆਲੇ ਦੇ ਉੱਤੇ ਕੀ ਕੁਛ ਜਿਹੜਾ ਵਾਪਰ ਰਿਹਾ ਜਾਂ ਜਿਹੜਾ ਦੀ ਉਹ ਵਾਪਰ ਸਕਦਾ। ਮਹਾਰਾਸ਼ਟਰ ਦੇ ਵਿੱਚ ਇੰਨਾ ਕੁਛ ਜਿਹੜਾ ਉਹ ਹੋਣ ਤੋਂ ਬਾਅਦ ਆਖਿਰ ਜਿਹੜੀ ਨਵੀਂ ਸਰਕਾਰ ਸੀ ਉਹਨੇ ਸਹੁੰ ਚੁੱਕ ਲਈ ਹੈ। ਸ਼ਿਵ ਸੈਨਾ, NCP ਅਤੇ ਕਾਂਗਰਸ ਦੇ ਦੋ ਦੋ ਮੰਤਰੀ ਜਿਹੜੇ ਆ ਉਹ ਬਣਾਏ ਗਏ ਆ। ਉਧਵ ਠਾਕਰੇ ਜਿਹੜੇ 59 ਸਾਲਾਂ ਦੇ ਨੇ ਉਹਨੇ 18ਵੇਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮਨੋਹਰ ਜੋਸ਼ੀ ਅਤੇ ਨਾਰਾਇਣ ਰਾਣੇ ਦੇ ਮਗਰੋਂ ਉਧਵ ਠਾਕਰੇ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਵਾਲੇ ਸ਼ਿਵ ਸੈਨਾ ਦੇ ਤੀਜੇ ਆਗੂ ਨੇ। ਉਂਝ ਠਾਕਰੇ ਪਰਿਵਾਰ ਦੇ ਵਿੱਚੋਂ ਪਹਿਲੇ ਆਗੂ ਨੇ ਜਿਹੜੇ ਕਿ ਮੁੱਖ ਮੰਤਰੀ ਜਿਹੜਾ ਦੀ ਉਹ ਬਣੇ ਨੇ। ਸ਼ਿਵਾਜੀ ਪਾਰਕ ਦੇ ਵਿੱਚ ਹੋਏ ਸਮਾਗਮ ਦੇ ਦੌਰਾਨ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਉਧਵ ਠਾਕਰੇ ਅਤੇ 6 ਮੰਤਰੀਆਂ ਨੂੰ ਸਹੁੰ ਚੁਕਾਈ। ਇਹਦੇ ਨਾਲ ਸ਼ਿਵ ਸੈਨਾ, NCP ਅਤੇ ਕਾਂਗਰਸ ਗੱਠਜੋੜ ਦੀ ਸਰਕਾਰ ਹੋਣ ਦੇ ਵਿੱਚ ਜਿਹੜੀ ਉਹ ਆ ਗਈ ਆ। ਮਹਾਰਾਸ਼ਟਰ ਵਿਕਾਸ ਅਗਾੜੀ ਦੇ ਮੰਤਰੀਆਂ ਦੇ ਵਜੋਂ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ ਇਹ ਸ਼ਿਵ ਸੈਨਾ ਦੇ, ਜਯੰਤ ਪਾਟਿਲ, ਛਗਨ ਭੁਜਬਲ ਇਹ NCP ਦੇ, ਬਾਲਾ ਸਾਹਿਬ ਥੋਰਾਟ ਅਤੇ ਨਿਤਿਨ ਰਾਊਤ ਕਾਂਗਰਸ ਦੇ, ਇਹਨਾਂ ਨੇ ਜਿਹੜੀ ਉਹ ਸਹੁੰ ਚੁੱਕੀ। ਪਹਿਲਾਂ ਇਹ ਕਿਆਸ ਲਾਏ ਜਾ ਰਹੇ ਸੀਗੇ ਕਿ ਅਜੀਤ ਪਵਾਰ ਹੋਰਾਂ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾ ਸਕਦੀ ਹੈ, ਪਰ NCP ਦੇ ਦੋ ਆਗੂਆਂ ਨੂੰ ਹੀ ਮੰਤਰੀ ਜਿਹੜਾ ਦੀ ਇਹਦੇ ਵਿੱਚ ਬਣਾਇਆ ਗਿਆ। ਸਮਾਗਮ ਦੇ ਦੌਰਾਨ NCP ਦੇ ਮੁਖੀ ਸ਼ਰਦ ਪਵਾਰ, ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ, ਮਲਕਰਜਨ ਖੜਗੇ, ਮੱਧ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਕਮਲਨਾਥ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਅਸ਼ੋਕ ਚੌਹਾਨ, ਪ੍ਰਿਥਵੀ ਰਾਜ ਚੌਹਾਨ, ਮਨੋਹਰ ਜੋਸ਼ੀ, MNS ਦੇ ਮੁਖੀ ਰਾਜ ਠਾਕਰੇ, ਜਿਹਦੇ ਨਾਲ ਹਾਲਾਂਕਿ ਜਿਹੜੇ ਸੰਬੰਧ ਰਾਜਨੀਤਿਕ ਤੌਰ ਦੇ ਉੱਤੇ ਚੰਗੇ ਨਹੀਂ ਰਹੇ, ਪਰ ਠਾਕਰੇ ਪਰਿਵਾਰ ਦੇ ਸਮਾਗਮ ਦੇ ਵਿੱਚ ਉਹ ਜਿਹੜਾ ਦੀ ਉਹ ਜ਼ਰੂਰ ਸ਼ਾਮਿਲ ਜਿਹੜੇ ਸੀ ਉਹ ਹੋਏ। ਇਹ ਵੀ ਜਿਹੜਾ ਦੀ ਆਖਿਆ ਗਿਆ ਕਿ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਮੰਗਾਂ ਦੇ ਉੱਤੇ ਜਾਂ ਉਹਨਾਂ ਦੀਆਂ ਮੁਸ਼ਕਲਾਂ ਦੇ ਉੱਤੇ ਪਹਿਲਾਂ ਹੱਲ ਜਿਹੜਾ ਦੀ ਇਹ ਮੌਜੂਦਾ ਸਰਕਾਰ ਕਰੂਗੀ। ਜੋ ਕੁਛ ਉਠਕ ਬੈਠਕ ਜਿਹੜੀ ਦੀ ਉਹ ਹੋਈ ਉਹ ਸਭ ਨੂੰ ਪਤਾ ਕਿ ਕਿਵੇਂ ਰਾਤੋ ਰਾਤ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਪੱਟ ਕੇ ਜਿਹੜਾ ਦੀ ਉਹ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਬਿਨਾਂ ਨੰਬਰਾਂ ਦੀ ਖੇਡ ਖੇਡਿਆ। ਪਰ ਜੋ ਖੇਡਾਂ ਉਹਨੇ ਪਹਿਲਾਂ ਖੇਡੀਆਂ ਸੀ ਸੂਬਿਆਂ 'ਚ ਉਹ ਮਹਾਰਾਸ਼ਟਰ ਦੇ ਵਿੱਚ ਉਹ ਖੇਡਣਾ ਚਾਹੁੰਦੀ ਸੀ, ਜਿੱਥੇ ਉਹਦੀ ਦਾਲ ਜਿਹੜੀ ਹੈ ਜੀ ਉਹ ਗਲੀ ਨਹੀਂ। ਇਹਦੇ ਕਿਉਂਕਿ ਉੱਥੇ ਜਿਹੜੀ ਸ਼ਿਵ ਸੈਨਾ ਦੇ ਨਾਲ ਉਹਦਾ ਪੇਚਾ ਜਿਹੜਾ ਪਿਆ ਸੀਗਾ, ਇਹ ਗੱਠਜੋੜ ਪਹਿਲੀ ਵਾਰੀ ਜਿਹੜਾ ਦੀ ਉਹ ਸਾਹਮਣੇ ਆਇਆ, ਕਾਂਗਰਸ, NCP ਅਤੇ ਸ਼ਿਵ ਸੈਨਾ। ਹੁਣ ਵੇਖਣਾ ਜਿਹੜਾ ਦੀ ਇਹ ਹੋਊਗਾ ਕਿ ਇਹ ਗੱਠਜੋੜ ਕਿਹੜੇ ਤਰੀਕੇ ਦੇ ਨਾਲ ਜਿਹੜਾ ਦੀ ਉਹ ਕੰਮ ਕਰਦਾ ਮਹਾਰਾਸ਼ਟਰ ਦੇ ਵਿੱਚ। ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਠਾਕਰ, ਜਿਹੜੀ ਕਿ ਆਪਣੇ ਬਿਆਨਾਂ ਦੇ ਵਾਸਤੇ ਹਮੇਸ਼ਾ ਵਿਵਾਦਿਤ ਬਿਆਨਾਂ ਦੇ ਵਾਸਤੇ ਜਿਹੜੀ ਦੀ ਉਹ ਫੇਮਸ ਹੈ, ਕੁਛ ਨਾ ਕੁਛ ਉਹ ਅਜਿਹਾ ਬੋਲ ਦਿੰਦੀ ਹੈ ਕਿ ਮੁੜ ਕੇ ਭਾਰਤੀ ਜਨਤਾ ਪਾਰਟੀ ਨੂੰ ਉਹਦੀਆਂ ਸਫਾਈਆਂ ਦੇਣੀਆਂ ਪੈਂਦੀਆਂ, ਚਾਹੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਉਹਨੇ ਜਿਹੜਾ ਦੀ ਕਰਕਰੇ ਹੋਰਾਂ ਦੇ ਬਾਰੇ ਦੇ ਵਿੱਚ ਬੋਲਿਆ ਹੋਵੇ, ਚਾਹੇ ਜਿਹੜਾ ਦੀ ਕਿਸੇ ਹੋਰ ਦੇ ਬਾਰੇ 'ਚ ਉਹਨੇ ਹਮੇਸ਼ਾ ਜਿਹੜੀਆਂ ਦੀ ਉਹ ਮੁਸੀਬਤਾਂ ਖੜੀਆਂ ਕੀਤੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਵਾਸਤੇ, ਪਰ ਉਹਨੂੰ ਜਿਹੜਾ ਦੀ ਉੱਚ ਅਹੁਦਿਆਂ ਦੇ ਉੱਤੇ ਲਿਆਉਣਾ ਇਹ ਵੀ ਕਿਤੇ ਨਾ ਕਿਤੇ ਹਿਡਨ ਏਜੰਡਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਦੀ ਉਹ ਰਿਹਾ। ਹੁਣ ਸੰਸਦ ਮੈਂਬਰ ਪ੍ਰਗਿਆ ਠਾਕਰ ਦੇ ਵੱਲੋਂ ਮਹਾਤਮਾ ਗਾਂਧੀ ਦੇ ਹਥਿਆਰੇ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਆਖੇ ਜਾਣ ਤੋਂ ਬਾਅਦ ਵਿਰੋਧੀ ਧਿਰ ਫੇਰ ਭੜਕੀ। ਕਾਂਗਰਸ ਅਤੇ ਹੋਰਾਂ ਪਾਰਟੀਆਂ ਨੇ ਮਿਲ ਕੇ ਪ੍ਰਗਿਆ ਠਾਕਰ ਦੇ ਖਿਲਾਫ ਲੋਕ ਸਭਾ ਦੇ ਵਿੱਚ ਨਿੰਦਾ ਮਤਾ ਲਿਆਉਣ ਦਾ ਫੈਸਲਾ ਜਿਹੜਾ ਦੀ ਉਹ ਕੀਤਾ। ਲੋਕ ਸਭਾ ਦੀ ਕਾਰਵਾਈ ਜਦੋਂ ਸ਼ੁਰੂ ਹੋਈ ਤਾਂ ਵਿਰੋਧੀ ਮੈਂਬਰ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਗਏ ਔਰ ਉਹਨਾਂ ਨੇ ਜ਼ੋਰਦਾਰ ਢੰਗ ਦੇ ਨਾਲ ਵਿਰੋਧ ਜਿਹੜਾ ਸੀ ਉਹ ਜਿਤਾਉਣਾ ਸ਼ੁਰੂ ਕਰਤਾ। ਕਾਂਗਰਸ ਦੀ ਅਗਵਾਈ ਦੇ ਹੇਠ ਉਹਨਾਂ ਪ੍ਰਗਿਆ ਦੇ ਕਬੂਲਾਂ ਦੇ ਖਿਲਾਫ ਹੰਗਾਮਾ ਕੀਤਾ ਔਰ ਜਦੋਂ ਰੱਖਿਆ ਮੰਤਰੀ ਰਾਜਨਾਥ ਦੇ ਬਿਆਨ ਤੋਂ ਉਹ ਸੰਤੁਸ਼ਟ ਨਹੀਂ ਹੋਏ ਤਾਂ ਸਦਨ ਦੇ ਵਿੱਚੋਂ ਉਹਨਾਂ ਨੇ ਵਾਕਆਊਟ ਜਿਹੜਾ ਸੀ ਉਹ ਕਰ ਦਿੱਤਾ। ਵਿਰੋਧੀ ਧਿਰ ਦੇ ਪ੍ਰਦਰਸ਼ਨ ਦੇ ਦਰਮਿਆਨ ਰਾਜਨਾਥ ਨੇ ਇਹ ਕਿਹਾ ਕਿ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਆਖੇ ਜਾਣ ਦੀ ਉਹ ਨਿਖੇਧੀ ਕਰਦੇ ਆ। ਮੰਤਰੀ ਨੇ ਮਹਾਤਮਾ ਗਾਂਧੀ ਨੂੰ ਰਾਸ਼ਟਰ ਦਾ ਮਾਰਗ ਦਰਸ਼ਕ ਜਿਹੜਾ ਦੀ ਉਹ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਦਾ ਫਲਸਫਾ ਹਮੇਸ਼ਾ ਪ੍ਰਸੰਗਕ ਰਹੂਗਾ ਔਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਜਿਹੜਾ ਸੀਗਾ ਜੀ ਉਹ ਪ੍ਰਗਿਆ ਨੂੰ ਅੱਤਵਾਦੀ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਤੋਂ ਭਾਜਪਾ ਅਤੇ RSS ਦੀ ਅਸਲੀਅਤ ਜਿਹੜੀ ਜੀ ਉਹ ਝਲਕਦੀ ਹੈ, ਜਿਹਨੂੰ ਕਿ ਲੁਕੋਇਆ ਨਹੀਂ ਜਿਹੜਾ ਜੀ ਉਹ ਜਾ ਸਕਦਾ। ਉੱਧਰ ਸੰਸਦ ਮੈਂਬਰ ਪ੍ਰਗਿਆ ਠਾਕਰ ਦੇ ਵੱਲੋਂ ਮਹਾਤਮਾ ਗਾਂਧੀ ਦੇ ਹਥਿਆਰੇ ਨੱਥੂ ਰਾਮ ਗੋਡਸੇ ਦੀ
ਸ਼ਲਾਘਾ ਕੀਤੇ ਜਾਣ ਤੋਂ ਬਾਅਦ ਹੁਣ ਭਾਜਪਾ ਦੇ ਬਲੀਆ ਤੋਂ ਵਿਧਾਇਕ ਸੁਰਿੰਦਰ ਸਿੰਘ ਨੇ ਇਹ ਕਿਹਾ ਕਿ ਗੋਡਸੇ ਕੋਈ ਅੱਤਵਾਦੀ ਨਹੀਂ ਸੀ। ਉਹਨੇ ਇਹ ਗੱਲ ਕਹੀ ਆ ਕਿ ਜਿਹੜੇ ਦੇਸ਼ ਵਿਰੋਧੀ ਕਾਰਵਾਈਆਂ 'ਚ ਸ਼ਾਮਿਲ ਹੁੰਦੇ ਨੇ ਉਹ ਅੱਤਵਾਦੀ ਹੁੰਦੇ ਨੇ। ਗੋਡਸੇ ਨੇ ਗਲਤੀ ਜ਼ਰੂਰ ਕੀਤੀ ਆ ਪਰ ਉਹ ਅੱਤਵਾਦੀ ਨਹੀਂ ਸੀ, ਉਹਨੂੰ ਗਾਂਧੀ ਨੂੰ ਨਹੀਂ ਸੀ ਜਿਹੜਾ ਜੀ ਉਹ ਮਾਰਨਾ ਚਾਹੀਦਾ। ਇਹ ਜਿਹੜਾ ਜੀ ਵਿਵਾਦ ਨਵਾਂ ਜਿਹੜਾ ਜੀ ਉਹ ਖੜ੍ਹਾ ਹੋ ਗਿਆ। ਉੱਧਰ ਭਾਜਪਾ ਨੇ ਆਪਣੀ ਜਿਹੜੀ ਇਹ ਸੰਸਦ ਮੈਂਬਰ ਆ ਪ੍ਰਗਿਆ ਠਾਕਰ ਇਹਦੇ ਖਿਲਾਫ਼ ਕਾਰਵਾਈ ਕੀਤੀ ਹੈ ਕਿਉਂਕਿ ਅਦਰਵਾਈਜ਼ ਰੌਲਾ ਜਿਹੜੇ ਜੀ ਉਹ ਪੈ ਜਾਣ ਦੇ ਆਸਾਰ ਸੀਗੇ। ਉਹਨੂੰ ਜਿਹੜਾ ਸੰਸਦੀ ਪਾਰਟੀ ਦੀ ਮੀਟਿੰਗ 'ਚ ਆਉਣ ਤੋਂ ਰੋਕ ਦਿੱਤਾ ਹੈ। ਪ੍ਰਗਿਆ ਨੂੰ ਰੱਖਿਆ ਬਾਰੇ ਸਲਾਹਕਾਰ ਕਮੇਟੀ ਜਿਹਦੇ ਵਿੱਚ ਲਿਆ ਗਿਆ ਸੀ ਉਹਦੇ ਤੋਂ ਵੀ ਜਿਹੜਾ ਜੀ ਉਹ ਹਟਾ ਦਿੱਤਾ। ਭਾਜਪਾ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਜੇ ਪੀ ਨੱਡਾ ਨੇ ਇਹਦੀ ਜਿਹੜੀ ਪ੍ਰਗਿਆ ਠਾਕਰ ਹੈ ਉਹਦੀ ਵਿਵਾਦਿਤ ਟਿੱਪਣੀ ਦੀ ਨਿਖੇਧੀ ਕਰਦਿਆਂ ਉਹਦੇ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ। ਅਸਲ 'ਚ ਭਾਜਪਾ ਨੇ ਇਹ ਵਿਰੋਧੀਆਂ ਦੇ ਵਿੱਚ ਜਿਹੜਾ ਜੀ ਬਖੇੜਾ ਖੜ੍ਹਾ ਹੋ ਗਿਆ ਉਹਨੂੰ ਸ਼ਾਂਤ ਕਰਨ ਲਈ ਕਿਹਾ। ਉਂਝ ਵੈਸੇ ਈਵਨ ਨਰਿੰਦਰ ਮੋਦੀ ਹੋਰਾਂ ਤੱਕ ਪਹਿਲਾਂ ਪ੍ਰਗਿਆ ਠਾਕਰ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰਨ ਦਾ ਭਰੋਸਾ ਤਾਂ ਕਈ ਵਾਰੀ ਜਿਹੜਾ ਜੀ ਉਹ ਦੇ ਚੁੱਕੇ ਹੋਏ ਨੇ ਪਰ ਕਦੀ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਜੀ ਉਹ ਹੋਈ ਨਹੀਂ। ਪੰਜਾਬ ਵੱਲ ਨੂੰ ਜਿਹੜਾ ਜੀ ਉਹ ਮੁੜਦੇ ਆ, ਪੰਜਾਬ ਦੇ ਵਿੱਚ ਕੀ ਕੁਛ ਜਿਹੜਾ ਜੀ ਉਹ ਵਾਪਰ ਰਿਹਾ ਇਸ ਵੇਲੇ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਉਹ ਪਰਾਲੀ ਵਾਲੇ ਮੁੱਦੇ ਦੇ ਉੱਤੇ ਚਫੇਰਿਓਂ ਜਿਹੜੀ ਦੀ ਉਹ ਘਿਰੀ ਹੋਈ ਹੈ। ਇੱਕ ਤਾਂ ਡੰਡਾ ਸੁਪਰੀਮ ਕੋਰਟ ਦਾ ਦੀਂਦਾ, ਇੱਕ ਡੰਡਾ ਐਨ ਜੀ ਟੀ ਦਾ ਜਿਹੜਾ ਜੀ ਉਹ ਦੀਂਦਾ। ਜਦੋਂ ਸੁਪਰੀਮ ਕੋਰਟ ਜਿਹੜਾ ਜੀ ਉਹ ਡਾਂਗ ਦਿਖਾਉਂਦੀ ਆ ਤਾਂ ਭੱਜ ਕੇ ਆ ਕੇ ਕਿਸਾਨਾਂ ਦੇ ਉੱਤੇ ਧੜਾ ਧੜ ਕੇਸ ਜਿਹੜੇ ਜੀ ਉਹ ਦਰਜ ਕਰ ਦਿੱਤੇ ਜਾਂਦੇ ਆ, ਕਿਸਾਨਾਂ ਨੂੰ ਅੰਦਰ ਜਿਹੜਾ ਜੀ ਉਹ ਕਰ ਦਿੱਤਾ ਜਾਂਦਾ। ਔਰ ਇੱਥੇ ਜਿਹੜਾ ਜੀ ਜਦੋਂ ਇੱਥੇ ਜਿਹੜੇ ਕਿਸਾਨ ਨੇ ਜੀ ਉਹ ਹੁਣ ਇੱਕਜੁੱਟ ਹੋ ਗਏ ਨੇ, ਉਹ ਕਹਿੰਦੇ ਕਿ ਕੇਸ ਜਿਹੜੇ ਆ ਉਹ ਵਾਪਸ ਕਰੋ। ਉਹਨਾਂ ਦੀ ਗਿਣਤੀ ਜਿਹੜੀ ਜੀ ਉਹ ਵੱਧਦੀ ਤੁਰੀ ਜਾ ਰਹੀ ਹੈ, ਜਿਹੜੇ ਕਿਸਾਨ ਮੁਜ਼ਾਹਰੇ ਜਿਹੜੇ ਜੀ ਉਹ ਕਰ ਰਹੇ ਆ। ਦੂਜੇ ਪਾਸੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਿਲਣ ਵਾਲੀ ਜਿਹੜੀ ਮੁਆਵਜ਼ਾ ਰਾਸ਼ੀ ਆ ਉਹ ਫਿਲਹਾਲ ਰੁਕ ਗਈ ਹੈ। ਔਰ ਇਹ ਕਿਹਾ ਜਾ ਰਿਹਾ ਕਿ ਜਦੋਂ ਤੱਕ ਨਵੀਆਂ ਅਰਜ਼ੀਆਂ ਦੇਣ ਵਾਲਿਆਂ ਦੀ ਵੈਰੀਫਿਕੇਸ਼ਨ ਨਹੀਂ ਹੋ ਜਾਂਦੀ ਉਦੋਂ ਤੱਕ ਮੁਆਵਜ਼ਾ ਰਾਸ਼ੀ ਜਿਹੜੀ ਉਹ ਜਾਰੀ ਨਹੀਂ ਕੀਤੀ ਜਾਊਗੀ। ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਨਾ ਦੇਣ ਦੇ ਵਾਸਤੇ ਸਰਕਾਰ ਨੂੰ ਦੇ ਆਰਥਿਕ ਸੰਕਟ ਦੇ ਨਾਲ ਜੋੜ ਕੇ ਜਿਹੜਾ ਜੀ ਉਹ ਵੇਖਿਆ ਜਾ ਰਿਹਾ। ਖੇਤੀ ਵਿਭਾਗ ਦਾ ਆਪਣਾ ਅਨੁਮਾਨ ਹੈ ਕਿ ਇਸ ਸਾਲ ਜਿਹਨਾਂ ਕਿਸਾਨਾਂ ਨੇ ਪਰਾਲੀ ਨੂੰ ਨਹੀਂ ਸਾੜਿਆ ਜੇ ਉਹਨਾਂ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇਣੀ ਪਈ ਤਾਂ 100 ਕਰੋੜ ਰੁਪਈਆ ਖਰਚ ਹੋਊਗਾ, ਜਦੋਂ ਕਿ ਸਰਕਾਰ ਦੀ ਵਿੱਤੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਉਹਦੇ ਕੋਲ ਤਾਂ ਤਨਖਾਹਾਂ ਦੇਣ ਜੋਗਾ ਪੈਸਾ ਨਹੀਂ ਜਿਹੜਾ ਦੀ ਰਿਹਾ। 100 ਕਰੋੜ ਦੀ ਜਗ੍ਹਾ ਉਹਨੂੰ ਕਰੋੜ ਵੀ ਜਿਹੜਾ ਜੀ ਉਹ ਲਾਉਣਾ ਪਏ ਉਹ ਮੰਤਰੀਆਂ 'ਤੇ ਨਾ ਲਾਉਣਾ ਹੋਵੇ ਅਤੇ ਉਹ ਜਿਹੜਾ ਜੀ ਉਹ ਹੈ ਨਹੀਂ ਗਾ। 25 ਨਵੰਬਰ ਨੂੰ ਸੁਪਰੀਮ ਕੋਰਟ ਨੇ ਪਰਾਲੀ ਨੂੰ ਲੈ ਕੇ ਪੰਜਾਬ, ਹਰਿਆਣਾ, ਯੂਪੀ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਇੱਕ ਵਿਆਪਕ ਨੀਤੀ ਬਣਾਉਣ ਲਈ ਜਿਹੜਾ ਜੀ ਉਹ ਕਿਹਾ ਸੀਗਾ। ਇਹਦੇ ਵਿੱਚ ਉਹਨਾਂ ਨੇ ਮੁਆਵਜ਼ੇ ਨੂੰ ਲੈ ਕੇ ਕੋਈ ਸਪਸ਼ਟ ਨਿਰਦੇਸ਼ ਨਹੀਂ ਦਿੱਤੇ ਜਿਹਦੇ ਕਰਕੇ ਮੁਆਵਜ਼ਾ ਰਾਸ਼ੀ ਕੌਣ ਦੇਊਗਾ ਇਹਨੂੰ ਲੈ ਕੇ ਸ਼ੱਕ ਜਿਹੜਾ ਜੀ ਉਹ ਬਣਿਆ ਹੋਇਆ। ਅਗਲੇ ਸਾਲ ਤੋਂ ਪਰਾਲੀ ਨੂੰ ਲੈ ਕੇ ਕੋਈ ਦਿੱਕਤਾਂ ਨਾ ਆਉਣ ਇਹਦੇ ਲਈ ਕੇਂਦਰ ਸਰਕਾਰ ਨੇ ਸੰਬੰਧਿਤ ਸੂਬਿਆਂ ਦੀ ਇੱਕ ਮੀਟਿੰਗ ਬੁਲਾਉਣ ਦੀ ਜਿਹੜੀ ਜੀ ਉਹ ਤਿਆਰੀ ਕੀਤੀ ਆ। ਔਰ ਇਹ ਵੀ ਕਿਹਾ ਗਿਆ ਕਿ ਸਰਕਾਰ ਨੇ ਮੁਆਵਜ਼ਾ ਰਾਸ਼ੀ ਸਰਕਾਰ ਇਹ ਖਬਰਾਂ ਦਾ ਖੰਡਨ ਕਰਦੀ ਹੈ ਕਿ ਉਹਨੇ ਮੁਆਵਜ਼ਾ ਰਾਸ਼ੀ ਜਿਹੜੀ ਦੀ ਉਹ ਰੋਕੀ ਆ। ਉਹ ਇਹ ਕਹਿੰਦੀ ਆ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀਆਂ ਅਰਜ਼ੀਆਂ ਦੀ ਵੈਰੀਫਿਕੇਸ਼ਨ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਜਿਹਦੇ ਵਾਸਤੇ ਨਿਯਮ ਵੀ ਨਵੇਂ ਜਿਹੜੇ ਦੀ ਉਹ ਬਣਾ ਦਿੱਤੇ ਗਏ ਆ ਜੀ। ਔਰ ਇਸੇ ਕਰਕੇ ਇਹ ਜਿਹੜਾ ਦੀ ਹਾਲ ਦੀ ਘੜੀ ਇਹਨੂੰ ਲੇਟ ਜਿਹੜਾ ਦੀ ਉਹ ਕੀਤਾ ਜਾ ਰਿਹਾ। ਪਰ ਜਿਹੜੇ ਕਿਸਾਨਾਂ ਨੇ ਨਹੀਂ ਜਿਹੜਾ ਦੀ ਪਰਾਲੀ ਸਾੜੀ ਉਹਨਾਂ ਦਾ ਕਸੂਰ ਜਿਹੜਾ ਦੀ ਉਹ ਕੀ ਆ? ਜੇ ਉਹਨਾਂ ਨੂੰ ਮੁਆਵਜ਼ਾ ਸਹੀ ਸਮੇਂ ਨਹੀਂ ਮਿਲਦਾ ਤਾਂ ਬਿਨਾਂ ਸ਼ੱਕ ਜਿਹੜੀਆਂ ਕਿਸਾਨ ਜਥੇਬੰਦੀਆਂ ਪਰਾਲੀ ਸਾੜਨ ਦੇ ਵਾਸਤੇ ਉਕਸਾਉਂਦੀਆਂ ਰਹੀਆਂ ਕਿਸਾਨਾਂ ਨੂੰ ਉਹ ਇਹ ਹੁਣ ਕਹਿਣਗੀਆਂ ਕਿ ਦੇਖਿਆ ਅਸੀਂ ਤਾਂ ਪਹਿਲਾਂ ਕਿਹਾ ਸੀ ਸਰਕਾਰ ਨੇ ਕੁਛ ਨਹੀਂ ਦੇਣਾ, ਇਸ ਕਰਕੇ ਸਾੜੀ ਜਾਵੇ ਪਰਾਲੀ ਜਿਹੜੀ ਜੀ ਉਹ ਹੀ ਠੀਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਲੈ ਕੇ ਇਹ ਮਾਮਲਾ ਜਿਹੜਾ ਉਹ ਹਲਕਾ ਖਡੂਰ ਸਾਹਿਬ ਦੇ ਐਮ ਪੀ ਜਿਹੜੇ ਨੇ ਜਸਬੀਰ ਸਿੰਘ ਡਿੰਪਾ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਜੀ ਉਹ ਉਠਾਇਆ। ਔਰ ਇਹ ਗੱਲ ਆਖੀ ਆ ਜੀ ਕਿ ਜਿਹੜੇ ਸਪੀਕਰ ਨੇ ਉਹਨਾਂ ਨੂੰ ਇਹ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦੇ ਵਾਸਤੇ ਕੇਂਦਰ ਦੀ ਸਰਕਾਰ ਜਿਹੜੀ ਜੀ ਉਹ ਦਖਲ ਦੇਵੇ। ਇਹ ਵੀ ਜਿਹੜਾ ਜੀ ਕਿਹਾ ਕਿ ਇਸੇ ਸੰਸਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਚਲਾਉਣ ਦਾ ਅਧਿਕਾਰ ਦੇਣ ਲਈ ਕਾਨੂੰਨ ਪਾਸ ਕੀਤਾ ਗਿਆ ਸੀਗਾ। ਔਰ ਉਹਨਾਂ ਨੇ ਕਿਹਾ ਕਿ ਇਸ ਕਾਨੂੰਨ ਦੇ ਵਿੱਚ ਹਰ 5 ਸਾਲ ਬਾਅਦ ਚੋਣਾਂ ਹੋਣੀਆਂ ਜ਼ਰੂਰੀ ਨੇ। ਆਮ ਚੋਣਾਂ ਦੇ ਰਾਹੀਂ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ 170 ਮੈਂਬਰਾਂ ਦਾ ਹਾਊਸ ਜਿਹੜਾ ਜੀ ਚੁਣਿਆ ਜਾਂਦਾ,
ਜਿਹਦੇ 'ਚ 11 ਮੈਂਬਰ ਹਰਿਆਣਾ, ਇੱਕ ਚੰਡੀਗੜ੍ਹ ਅਤੇ ਇੱਕ ਮੈਂਬਰ ਹਿਮਾਚਲ ਤੋਂ ਚੁਣਿਆ ਜਾਂਦਾ। ਇਸ ਤੋਂ ਇਲਾਵਾ 15 ਮੈਂਬਰ ਨਾਮਜ਼ਦ ਹੁੰਦੇ ਆ। ਉਹਨਾਂ ਨੇ ਕਿਹਾ ਕਿ ਸਤੰਬਰ 11 ਦੇ ਵਿੱਚ ਹੋਈਆਂ ਆਮ ਚੋਣਾਂ ਦੇ 5 ਸਾਲ ਦਾ ਕਾਰਜਕਾਲ 2016 ਦਾ ਖਤਮ ਹੋਇਆ ਹੋਇਆ। ਔਰ ਇਹ ਵੀ ਜਿਹੜਾ ਜੀ ਕਿਹਾ ਗਿਆ ਕਿ ਪੰਜਾਬ ਵਿਧਾਨ ਸਭਾ ਨੇ ਵੀ ਇੱਕ ਮਤਾ ਜਿਹੜਾ ਜੀ ਉਹ ਪਾਸ ਕਰਕੇ ਕੇਂਦਰ ਦੀ ਸਰਕਾਰ ਨੂੰ ਭੇਜਿਆ ਹੋਇਆ। ਔਰ ਇਸ ਮਤੇ ਨੂੰ ਲਾਗੂ ਕਰਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਜਿਹੜੀਆਂ ਚੋਣਾਂ ਨੇ ਉਹ ਛੇਤੀ ਕਰਵਾਈਆਂ ਜਿਹੜੀਆਂ ਜੀ ਉਹ ਜਾਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 2011 ਦੇ ਵਿੱਚ ਹੋਈਆਂ ਸੀਗੀਆਂ। ਉਹਦੇ ਵਿੱਚ ਉਦੋਂ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ, ਸਾਬਕਾ ਪ੍ਰਧਾਨ ਜਗੀਰ ਕੌਰ, ਉਸ ਸਮੇਂ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾ, ਸੁੱਚਾ ਸਿੰਘ ਲੰਗਾ, ਚੰਡੀਗੜ੍ਹ ਦੀ ਸਾਬਕਾ ਮੇਅਰ ਹਰਜਿੰਦਰ ਕੌਰ ਵਰਗੀਆਂ ਨਾਮਵਰ ਸ਼ਖਸੀਅਤਾਂ ਜਿਹੜੀਆਂ ਜੀ ਉਹ ਜਿੱਤੀਆਂ ਸੀਗੀਆਂ। ਇਹਦੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਗਦੀਸ਼ ਸਿੰਘ ਝੀਂਡਾ ਹਾਰੇ ਸੀਗੇ ਜੀ। ਜਿਹੜਾ ਬਾਦਲ ਦਲ ਹੈ ਉਹਦਾ ਧੜਾ ਬਹੁਮਤ ਹਾਸਲ ਕਰਨ ਦੇ ਵਿੱਚ ਜਿਹੜਾ ਜੀ ਉਹ ਕਾਮਯਾਬ ਹੋਇਆ ਸੀਗਾ। ਅਕਾਲੀ ਦਲ ਬਾਦਲ ਨੇ 15 ਮੈਂਬਰ ਜਿਹੜੇ ਜੀ ਆਪਣੇ ਨਾਮਜ਼ਦ ਕੀਤੇ ਸੀਗੇ। ਔਰ ਇਸ ਸਮੇਂ 185 ਮੈਂਬਰਾਂ ਦੇ ਹਾਊਸ ਦੇ ਵਿੱਚੋਂ 14 ਦਾ ਜਿਹੜਾ ਜੀ ਉਹ ਦੇਹਾਂਤ ਹੋ ਚੁੱਕਿਆ ਜਿਹੜਾ ਜੀ ਉਹ ਹੋਇਆ। ਅਕਾਲੀ ਦਲ ਟਕਸਾਲੀ ਨੇ ਵੀ ਇਹ ਮੁੱਦਾ ਜਿਹੜਾ ਜੀ ਉਹ ਉਠਾਇਆ ਸੀਗਾ। ਜਿਹੜਾ ਬਾਦਲ ਦਲ ਹੈ ਜੀ ਉਹ ਇਹ ਗੱਲ ਕਹਿੰਦਾ ਕਿ ਜਸਵੀਰ ਸਿੰਘ ਡਿੰਪਾ ਹੋਰੀ ਇਹ ਗੱਲ ਕਿਉਂ ਉਠਾ ਰਹੇ ਨੇ, ਕਿਉਂਕਿ ਉਹ ਪਤਿਤ ਨੇ। ਔਰ ਇਹ ਜਿਹੜਾ ਜੀ ਇਸ਼ੂ ਉਹ ਉਠਾ ਰਿਹਾ ਕਿ ਪਤਿਤ ਜਿਹੜਾ ਜੀ ਉਹ ਕਿਵੇਂ ਉਠਾ ਜਿਹੜਾ ਜੀ ਹੋ ਸਕਦਾ, ਕਿਉਂਕਿ ਬਾਦਲ ਦਲ ਬਾਦਲ ਪਰਿਵਾਰ ਇਹ ਨਹੀਂ ਚਾਹੁੰਦਾ ਕਿ ਇਹ ਜਿੰਨਾ ਇਹ ਟਾਲੀਆਂ ਜਾ ਸਕਣ ਚੋਣਾਂ, ਆਮ ਚੋਣਾਂ, ਉਨੀ ਚੰਗਾ ਜੀ, ਕਿਉਂਕਿ ਉਹਦਾ ਕਬਜ਼ਾ ਇਸ ਵੇਲੇ ਅਤੇ ਮੌਜੂਦਾ ਹਾਲਾਤਾਂ ਦੇ ਵਿੱਚ ਜੋ ਬਾਦਲ ਪਰਿਵਾਰ ਦਾ ਅਕਾਲੀ ਦਲ ਜਿਹੜਾ ਜੀ ਹੈਗਾ, ਜਿਹੜੇ ਉਹਦੇ ਹਾਲਾਤ ਨੇ ਉਹਨਾਂ ਦੇ ਵਿੱਚ ਉਹਨੂੰ ਇਹ ਲੱਗਦਾ ਕਿ ਇਹ ਚੋਣਾਂ ਸ਼ਾਇਦ ਜਿੱਤੀਆਂ ਜਿਹੜੀਆਂ ਜੀ ਉਹ ਨਹੀਂ ਜਾ ਸਕਣਗੀਆਂ। ਇਸ ਕਰਕੇ ਉਹ ਟਾਲਣ ਦੇ ਰੌਂ ਦੇ ਵਿੱਚ ਹੈ ਕਿ ਜਿੰਨਾ ਟਾਲਿਆ ਜਾ ਸਕੇ ਉਨਾ ਜਿਹੜਾ ਜੀ ਉਹ ਚੰਗਾ। ਪੰਜਾਬ ਦੇ ਵਿੱਚ ਜ਼ਮੀਨਾਂ ਨੱਪਣ ਦੇ ਵਿੱਚ ਹੁਣ ਜਿਹੜਾ ਪੰਜਾਬ ਦਾ ਭੂਮੀ ਮਾਫੀਆ ਉਹ ਨੰਬਰ ਲੈ ਗਿਆ ਜੀ। ਇਸ ਵੇਲੇ ਭੂਮੀ ਮਾਫੀਆ ਦੇ ਵੱਲੋਂ ਦੱਬੀ ਗਈ ਜਾਇਦਾਦ ਦੇ ਮਾਮਲੇ ਦੇ ਵਿੱਚ ਦੇਸ਼ ਭਰ ਦੇ ਵਿੱਚੋਂ ਪੰਜਾਬ ਨੰਬਰ 1 ਸੂਬਾ ਜਿਹੜਾ ਜੀ ਉਹ ਬਣਿਆ ਹੋਇਆ। ਪ੍ਰਾਈਵੇਟ ਲੋਕਾਂ ਸੰਸਥਾਵਾਂ ਦੇ ਵੱਲੋਂ ਸਭ ਤੋਂ ਵੱਧ ਵਕਫ ਬੋਰਡ ਦੀ ਜਿਹੜੀ ਜਾਇਦਾਦ ਹੈ ਉਹ ਦੱਬੀ ਗਈ ਆ। ਸਿਆਸੀ ਪਹੁੰਚ ਵਾਲੇ ਬਹੁਤ ਸਾਰੇ ਲੋਕਾਂ ਨੇ ਵੱਡੇ ਕਾਰੋਬਾਰ ਇਹਨਾਂ ਜ਼ਮੀਨਾਂ ਦੇ ਉੱਤੇ ਜਿਹੜੇ ਦੀ ਉਹ ਖੜ੍ਹੇ ਕੀਤੇ ਆ। ਔਰ ਸਰਕਾਰੀ ਵਿਭਾਗ ਵੀ ਇਸ ਮਾਮਲੇ ਦੇ ਵਿੱਚ ਪਿੱਛੇ ਨਹੀਂ ਰਹੇ। ਕੇਂਦਰੀ ਘੱਟ ਗਿਣਤੀ ਮੰਤਰਾਲੇ ਨੇ ਇਹ ਖੁਲਾਸਾ ਕੀਤਾ ਕਿ ਪੰਜਾਬ ਦੇ ਵਿੱਚ ਵਕਫ ਬੋਰਡ ਦੀ ਜਿਹੜੀ ਜਾਇਦਾਦ ਹੈ ਉਹਦੇ ਉੱਤੇ ਸਭ ਤੋਂ ਵੱਧ ਨਜਾਇਜ਼ ਕਬਜ਼ੇ ਨੇ। ਇਸ ਜਾਇਦਾਦ ਦੀ ਕੀਮਤ ਅਰਬਾਂ ਰੁਪਈਏ ਜਿਹੜੇ ਦੀ ਉਹ ਬਣਦੀ ਹੈ। ਪੰਜਾਬ ਦੇ ਵਿੱਚ ਵਕਫ ਬੋਰਡ ਦੀਆਂ 5610 ਜਾਇਦਾਦਾਂ ਦੇ ਉੱਤੇ ਪ੍ਰਾਈਵੇਟ ਸੰਸਥਾਵਾਂ ਅਤੇ ਕੁਛ ਲੋਕਾਂ ਨੇ ਗੈਰ ਕਾਨੂੰਨੀ ਕਬਜ਼ੇ ਜਿਹੜੇ ਦੀ ਉਹ ਕੀਤੇ ਹੋਏ ਆ। ਮੱਧ ਪ੍ਰਦੇਸ਼ ਦੇ ਵਿੱਚ 3240, ਪੱਛਮੀ ਬੰਗਾਲ ਦੇ ਵਿੱਚ 3082 ਜਾਇਦਾਦਾਂ ਦੇ ਉੱਤੇ ਨਜਾਇਜ਼ ਕਬਜ਼ੇ ਨੇ, ਜਿਹੜੇ ਕਿ ਦੇਸ਼ ਦੇ ਵਿੱਚ ਦੂਜੇ ਅਤੇ ਤੀਜੇ ਨੰਬਰ ਦੇ ਉੱਤੇ ਨੇ। ਹਰਿਆਣੇ ਦੇ ਵਿੱਚ 753, ਰਾਜਸਥਾਨ 'ਚ 164, ਮਹਾਰਾਸ਼ਟਰ 'ਚ 81, ਬਿਹਾਰ ਦੇ ਵਿੱਚ 180 ਅਤੇ ਤਾਮਿਲਨਾਡੂ ਦੇ ਵਿੱਚ 1335 ਜਾਇਦਾਦਾਂ ਦੇ ਉੱਤੇ ਨਜਾਇਜ਼ ਜਿਹੜੇ ਕਬਜ਼ੇ ਕੀਤੇ ਗਏ ਆ। ਦੇਸ਼ ਭਰ ਦੇ ਵਿੱਚ 5,94,000 ਜਿਹੜੀਆਂ ਵਕਫ ਜਾਇਦਾਦਾਂ ਦੀ ਸ਼ਨਾਖਤ ਹੋਈ ਆ, ਜਿਹਦੇ ਵਿੱਚੋਂ 24,540 ਇਕੱਲੇ ਪੰਜਾਬ 'ਚ ਨੇ। ਬਠਿੰਡਾ ਸ਼ਹਿਰ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਨਾਲ ਸੰਬੰਧਿਤ ਕਈ ਲੋਕਾਂ ਨੇ ਵਕਫ ਬੋਰਡ ਦੀ ਜਿਹੜੀ ਜਾਇਦਾਦ ਨੱਪ ਕੇ ਕਾਰੋਬਾਰ ਖੜ੍ਹੇ ਜਿਹੜੇ ਦੀ ਉਹ ਕੀਤੇ ਹੋਏ ਨੇ। ਪੂਰੇ ਪੰਜਾਬ ਦੇ ਵਿੱਚ ਇਹ ਧੰਦਾ ਚੱਲ ਰਿਹਾ। ਵਕਫ ਬੋਰਡ ਦੇ ਰਾਖੇ ਜਿਹੜੇ ਆ ਉਹ ਖੁਦ ਸਰਕਾਰੀ ਹੱਥਾਂ ਦੇ ਵਿੱਚ ਖੇਡਦੇ ਆ। ਇਸ ਵੇਲੇ ਜੁਨੈਦ ਰਜ਼ਾ ਖਾਨ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਨੇ, ਜਿਹੜੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕਰੀਬੀ ਦੱਸੇ ਜਾਂਦੇ ਨੇ। ਪੰਜਾਬ ਦੇ ਵਿੱਚ ਵਕਫ ਬੋਰਡ ਦੇ 16 ਦਫ਼ਤਰ ਅਤੇ ਨਾਮਜ਼ਦ ਕੀਤੇ 9 ਮੈਂਬਰ ਨੇ। ਬੋਰਡ ਦੇ ਮੈਂਬਰ ਸਾਜਦ ਹੁਸੈਨ ਦਾ ਇਹ ਕਹਿਣਾ ਹੈ ਕਿ ਵਕਫ ਜਿਹੜਾ ਜੀ ਉਹ ਜਾਇਦਾਦਾਂ ਦੇ ਉੱਤੇ ਸਿਆਸੀ ਧਿਰਾਂ ਨਾਲ ਜੁੜੇ ਵਿਅਕਤੀਆਂ ਦੇ ਨਜਾਇਜ਼ ਕਬਜ਼ੇ ਹੋਏ ਹੋਏ ਨੇ, ਜਿਹਦੇ ਵਿੱਚ ਵਕਫ ਬੋਰਡ ਦੇ ਅਫਸਰਾਂ ਅਤੇ ਮੁਲਾਜ਼ਮਾਂ ਦੀ ਵੀ ਭੂਮਿਕਾ ਜਿਹੜੀ ਦੀ ਉਹ ਹੈਗੀ ਹੈ। ਸਰਕਾਰ ਨੇ ਹੁਣ 5 ਵਿਸ਼ੇਸ਼ ਟ੍ਰਿਬਿਊਨਲ ਬਣਾਏ ਨੇ ਤਾਂ ਕਿ ਵਕਫ ਜਿਹੜੀ ਜਾਇਦਾਦ ਹੈ ਇਹਨੂੰ ਸੁਰੱਖਿਅਤ ਰੱਖਿਆ ਜਾ ਸਕੇ। ਵਕਫ ਬੋਰਡ ਦਾ ਐਕਟ 1995 ਜਿਹਦੇ ਵਿੱਚ ਸਾਲ 13 ਦੇ ਵਿੱਚ ਸੋਧ ਕੀਤੀ ਗਈ ਸੀ, ਇਹਦੇ ਤਹਿਤ ਸਟੇਟ ਵਕਫ ਬੋਰਡ ਨੂੰ ਇਹ ਜਿਹੜੀ ਜਾਇਦਾਦ ਦੀ ਰਾਖੀ ਅਤੇ ਕਬਜ਼ੇ ਹਟਾਉਣ ਦੇ ਅਧਿਕਾਰ ਜਿਹੜੇ ਜੀ ਉਹ ਦਿੱਤੇ ਗਏ ਸੀਗੇ। ਸਰਕਾਰੀ ਅਤੇ ਪ੍ਰਾਈਵੇਟ ਜਾਇਜ਼ ਕਬਜ਼ਿਆਂ ਦੇ ਵੇਖੀਏ ਤਾਂ ਕਰੀਬ 10,864 ਜਾਇਦਾਦਾਂ ਨੱਪੀਆਂ ਹੋਈਆਂ ਨੇ। 235 ਜਾਇਦਾਦਾਂ ਦੇ ਉੱਤੇ ਰਾਜ ਸਰਕਾਰ ਅਤੇ 26 ਦੇ ਉੱਤੇ ਕੇਂਦਰ ਸਰਕਾਰ ਦੇ
ਨਜਾਇਜ਼ ਕਬਜ਼ੇ ਨੇ। 198 ਪਿੰਡਾਂ ਦੇ ਵਿੱਚ ਗ੍ਰਾਮ ਪੰਚਾਇਤਾਂ ਦੇ ਕਬਜ਼ੇ ਨੇ, 1391 ਜਾਇਦਾਦਾਂ ਅਤੇ ਗੁਰਦੁਆਰੇ ਅਤੇ 144 ਦੇ ਉੱਤੇ ਮੰਦਰ ਜਿਹੜੇ ਜੀ ਉਹ ਬਣੇ ਹੋਏ ਨੇ। ਫਰੀਦਕੋਟ ਦੇ ਹਸਨ ਭੱਟੀ ਦੀ ਮਸਜਿਦ ਵਾਲੀ ਜਗ੍ਹਾ 'ਤੇ ਸਕੂਲ, ਅਤੇ ਮੋਗਾ ਦੇ ਪਿੰਡ ਧੂਰਕੋਟ ਚੜ੍ਹਤ ਸਿੰਘ ਵਾਲਾ ਦੇ ਕਬਰਾਂ 'ਤੇ ਸੀਨੀਅਰ ਸੈਕੰਡਰੀ ਜਿਹੜਾ ਜੀ ਉਹ ਸਕੂਲ ਹੈ। ਸਮਾਣਾ ਦੇ ਵਿੱਚ CIA ਸਟਾਫ ਦਾ ਦਫ਼ਤਰ ਅਤੇ ਰਾਜਪੁਰਾ ਦੇ ਵਿੱਚ ਪੁਲਿਸ ਚੌਕੀ ਜਿਹੜੀ ਹੈ ਜੀ ਉਹ ਵਕਫ ਬੋਰਡ ਦੀਆਂ ਜ਼ਮੀਨਾਂ ਦੇ ਉੱਤੇ ਜਿਹੜੀ ਜੀ ਉਹ ਬਣੀ ਹੋਈ ਆ। ਕਪੂਰਥਲਾ ਦੇ ਵਿੱਚ ਮਸਜਿਦ ਵਾਲੀ ਥਾਂ ਦੇ ਉੱਤੇ ਸ਼ੋਪਿੰਗ ਕੰਪਲੈਕਸ ਬਣਿਆ ਹੋਇਆ। ਬੁਢਲਾਡਾ ਦੇ ਵਿੱਚ ਕਬਰਾਂ ਵਾਲੀ ਥਾਂ ਦੇ ਉੱਤੇ ਬੱਸ ਸਟੈਂਡ, ਸੰਗਰੂਰ ਅਤੇ ਬਠਿੰਡਾ ਦੇ ਵਿੱਚ ਖੇਡ ਸਟੇਡੀਅਮ, ਬਠਿੰਡਾ 'ਚ ਕਬਰਾਂ ਵਾਲੀ ਥਾਂ ਦੇ ਉੱਤੇ ਹਾਕੀ ਦਾ ਮੈਦਾਨ ਜਿਹੜਾ ਜੀ ਉਹ ਬਣਿਆ ਹੋਇਆ। ਇਹ ਹਾਲਾਤ ਪੰਜਾਬ ਦੇ ਵਿੱਚ ਜਿਹੜੀਆਂ ਵਕਫ ਬੋਰਡ ਦੀਆਂ ਜਾਇਦਾਦਾਂ ਨੇ ਉਹਨਾਂ ਦੇ ਜਿਹੜਾ ਜੀ ਉਹ ਬਣੇ ਹੋਏ ਨੇ। ਜਿਹੜੇ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਮੀਂਹ ਅਤੇ ਜਿਹੜੀਆਂ ਜੀ ਤੇਜ਼ ਹਵਾਵਾਂ ਵਗੀਆਂ ਨੇ, ਇਹਦੇ ਬਾਵਜੂਦ ਸੰਗਰੂਰ ਦੇ ਵਿੱਚ ਜਿਹੜੇ ਬੇਰੁਜ਼ਗਾਰ ਟੀਚਰ ਨੇ ਉਹ ਇਸ ਮੀਂਹ ਝੱਖੜ ਦੇ ਵਿੱਚ ਵੀ ਜਿਹੜਾ ਜੀ ਆਪਣੇ ਮੋਰਚਿਆਂ ਦੇ ਉੱਤੇ ਡਟੇ ਰਹੇ। ਦੋ ਬੇਰੁਜ਼ਗਾਰ ETT ਅਧਿਆਪਕ ਜਿਹੜੇ ਸੀਗੇ ਜੀ ਉਹ ਸੁਨਾਮ ਰੋਡ ਦੇ ਉੱਤੇ 90 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹੇ ਹੋਏ। ਉਹਨਾਂ ਦੇ ਸਾਥੀ ਜਿਹੜੇ ਜੀ ਟੈਂਕੀ ਦੇ ਹੇਠਾਂ ਕੱਪੜੇ ਦੇ ਟੈਂਟ ਹੇਠਾਂ ਪੱਕਾ ਮੋਰਚਾ ਜਿਹੜਾ ਜੀ ਉਹ ਲਾਈ ਬੈਠੇ ਆ। ਬੇਰੁਜ਼ਗਾਰ BEd ਅਧਿਆਪਕਾਂ ਦਾ DC ਕੰਪਲੈਕਸ ਦੇ ਮੁੱਖ ਗੇਟ ਦੇ ਅੱਗੇ ਸੜਕ ਦੇ ਉੱਤੇ ਟੈਂਟ ਹੇਠਾਂ ਪੱਕਾ ਮੋਰਚਾ ਜਾਰੀ ਆ। ਬੇਰੁਜ਼ਗਾਰ ETT ਅਧਿਆਪਕਾਂ ਨੇ ਪਿਛਲੇ 85 ਦਿਨਾਂ ਤੋਂ ਅਤੇ ਬੇਰੁਜ਼ਗਾਰ BEd ਅਧਿਆਪਕਾਂ ਨੇ 81 ਦਿਨਾਂ ਤੋਂ ਰੁਜ਼ਗਾਰ ਦੀ ਉਮੀਦ ਦੇ ਨਾਲ ਜਿਹੜੀ ਸੰਘਰਸ਼ ਜਿਹੜਾ ਜੀ ਉਹ ਵਿੱਢਿਆ ਹੋਇਆ, ਜਿਹੜਾ ਕਿ ਲਗਾਤਾਰ ਜਾਰੀ ਹੈ। ਪਿਛਲੇ ਬੀਤੇ 4 ਸਪਤੰਬਰ ਤੋਂ 5 ਬੇਰੁਜ਼ਗਾਰ ETT ਅਧਿਆਪਕ ਜਿਹੜੇ ਉਹ ਸੁਨਾਮ ਰੋਡ ਦੇ ਉੱਤੇ ਇਸ 90 ਫੁੱਟ ਉੱਚੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਹੋਏ ਆ। ਬਾਕੀਆਂ ਨੇ ਟੈਂਕੀ ਹੇਠਾਂ ਜਿਹੜਾ ਪੱਕਾ ਰੋਸ ਧਰਨਾ ਜਿਹੜਾ ਜੀ ਉਹ ਸ਼ੁਰੂ ਕੀਤਾ ਹੋਇਆ। 79 ਦਿਨਾਂ ਮਗਰੋਂ ਬੀਤੇ 20 ਨਵੰਬਰ ਨੂੰ ਅਧਿਆਪਕ ਟੈਂਕੀ ਤੋਂ ਹੇਠਾਂ ਉਤਰੇ ਸੀਗੇ ਕਿਉਂਕਿ ਉਹਨਾਂ ਨੇ BA ਦੇ ਐਗਜ਼ਾਮ ਦੇਣੇ ਸੀਗੇ। ਉਹਨਾਂ ਦੀ ਥਾਂ ਦੇ ਉੱਤੇ ਦੋ ਬੇਰੁਜ਼ਗਾਰ ਜਿਹੜੇ ਨੇ ਜੀ ਬਲਜੀਤ ਫਿਰੋਜ਼ਪੁਰ ਅਤੇ ਮਨੀ ਸੰਗਰੂਰ ਟੈਂਕੀ ਦੇ ਉੱਤੇ ਚੜ੍ਹੇ ਹੋਏ ਆ, ਜਿਹੜੇ ਕਿ ਮੀਂਹ ਅਤੇ ਠੰਡ ਦੇ ਬਾਵਜੂਦ ਟੈਂਕੀ ਦੇ ਉੱਤੇ ਡਟੇ ਹੋਏ ਨੇ। ਬੇਰੁਜ਼ਗਾਰ ਜਿਹੜੇ ETT ਅਧਿਆਪਕ ਯੂਨੀਅਨ ਆ ਜੀ ਉਹ ਕਹਿੰਦੀ ਆ ਕਿ ਦੋਵੇਂ ਬੇਰੁਜ਼ਗਾਰ ਜਿਹੜੇ ਅਧਿਆਪਕ ਨੇ ਉਹਨਾਂ ਨੇ ਟੈਂਕੀ ਦੇ ਉੱਤੇ ਤਰਪਾਲ ਪਾ ਕੇ ਉਹਦੇ ਹੇਠਾਂ ਰਹਿਣ ਬਸੇਰਾ ਜਿਹੜਾ ਜੀ ਉਹ ਕੀਤਾ ਹੋਇਆ। ਪਿਛਲੇ 2 ਦਿਨਾਂ ਤੋਂ ਪੈ ਰਹੇ ਮੀਂਹ ਦੇ ਕਰਕੇ ਟੈਂਕੀ ਦੀਆਂ ਸਾਈਡਾਂ 'ਤੇ ਪਾਣੀ ਜਿਹੜਾ ਜੀ ਉਹ ਭਰ ਗਿਆ। ਉਹਨਾਂ ਨੂੰ ਠੰਡ ਕਰਕੇ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ, ਪਰ ਉਹਨਾਂ ਦੇ ਹੌਸਲੇ ਜਿਹੜੇ ਜੀ ਉਹ ਬੁਲੰਦ ਨੇ। ਉਹ ਮੀਂਹ ਝੱਖੜ ਦੇ ਵਿੱਚ ਵੀ ਜਿਹੜਾ ਜੀ ਹੇਠਾਂ ਨਹੀਂ ਉਤਰੇ, ਬਲਕਿ ਉੱਥੇ ਜਿਹੜਾ ਜੀ ਉਹ ਡਟੇ ਹੋਏ ਨੇ। ਪਿਛਲੇ ਦਿਨੀ ਜਿਹੜਾ ਸਿੱਖਿਆ ਮੰਤਰੀ ਆ ਉਹਨਾਂ ਦੇ ਘਰ ਦੇ ਵੱਲ ਨੂੰ ਜਾਂਦੇ ਜਿਹੜੇ ਅਧਿਆਪਕ ਸੀਗੇ ਉਹਨਾਂ ਦੇ ਉੱਤੇ ਪੁਲਿਸ ਦਾ ਡੰਡਾ ਵੀ ਜਿਹੜਾ ਜੀ ਉਹ ਚੱਲਿਆ ਸੀ। ਉਹਦੇ ਬਾਵਜੂਦ ਇਹ ਜਿਹੜੇ ਅਧਿਆਪਕ ਨੇ ਜੀ ਉਹਨਾਂ ਦਾ ਹੌਸਲਾ ਜਿਹੜਾ ਜੀ ਉਹ ਨਹੀਂ ਘਟਿਆ। ਇਹ ਬੇਰੁਜ਼ਗਾਰੀ ਦੀ ਵਜ੍ਹਾ ਕਰਕੇ ਸਰਕਾਰ ਦੇ ਖਿਲਾਫ ਜਿਹੜਾ ਜੀ ਉਹ ਮੋਰਚਾ ਲਾਈ ਬੈਠੇ ਨੇ। ਫਰੀਦਕੋਟ ਦੇ ਵਿੱਚ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਹੁਣ ਲਿਖਤੀ ਹੁਕਮਾਂ ਦੇ ਵਿੱਚ ਜਿਹੜੀ ਸ਼ਿਕਾਇਤ ਕਮੇਟੀ ਦੀ ਚੇਅਰਪਰਸਨ ਹੈ ਉਹਨੂੰ ਹਦਾਇਤ ਕੀਤੀ ਹੈ ਕਿ ਇੱਕ ਮਹਿਲਾ ਡਾਕਟਰ ਦੇ ਵੱਲੋਂ ਆਪਣੇ ਵਿਭਾਗ ਦੇ ਮੁਖੀ 'ਤੇ ਜਿਨਸੀ ਸ਼ੋਸ਼ਣ ਦੇ ਲਾਏ ਦੋਸ਼ਾਂ ਦੀ ਪੜਤਾਲ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਅਤੇ ਗਾਇਨੀ ਵਿਭਾਗ ਦੇ ਮੁਖੀ ਡਾਕਟਰ ਲੱਜਾ ਗੋਇਲ ਨੂੰ ਸ਼ਾਮਲ ਕੀਤਾ ਜਾਵੇ। ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਅਤੇ ਸ਼ਿਕਾਇਤ ਕਮੇਟੀ ਦੇ ਚੇਅਰਪਰਸਨ ਪਰਮਜੀਤ ਕੌਰ ਨੂੰ ਜਿਹੜਾ ਜੀ ਇਹ ਭੇਜਿਆ ਗਿਆ, ਜਿਹਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਉਹਨਾਂ ਸਾਰੇ ਅਧਿਕਾਰੀਆਂ ਨੂੰ ਜਾਂਚ ਦੇ ਘੇਰੇ ਦੇ ਵਿੱਚ ਲੈ ਕੇ ਪੜਤਾਲ ਕੀਤੀ ਜਾਵੇ, ਜਿਨ੍ਹਾਂ ਖਿਲਾਫ਼ ਪੀੜਿਤ ਡਾਕਟਰ ਨੇ ਲਿਖਤੀ ਸ਼ਿਕਾਇਤ ਜਿਹੜੀ ਜੀ ਉਹ ਦਰਜ ਕਰਵਾਈ ਸੀਗੀ। ਡਿਪਟੀ ਕਮਿਸ਼ਨਰ ਨੇ ਆਪਣੀ ਚਿੱਠੀ ਦੇ ਵਿੱਚ ਇਹ ਵੀ ਕਿਹਾ ਹੈ ਕਿ ਪੜਤਾਲੀਆ ਅਫਸਰ ਪੀੜਤਾਂ ਨੂੰ ਸੁਣਵਾਈ ਦਾ ਪੂਰਾ ਮੌਕਾ ਦੇਵੇ ਅਤੇ ਕੀਤੀ ਗਈ ਪੜਤਾਲ ਦੇ ਉੱਤੇ ਆਪਣੀ ਵਾਜਬ ਟਿੱਪਣੀ ਕਰਕੇ ਬਿਨਾਂ ਕਿਸੇ ਦੇਰੀ ਤੋਂ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਦਫ਼ਤਰ ਜਿਹੜਾ ਜੀ ਉਹ ਭੇਜੇ। ਅਸਲ ਦੇ ਵਿੱਚ ਇਹ ਜਿਹੜੀ ਡਾਕਟਰ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਇਹ ਕਹਿ ਰਹੀ ਹੈ ਕਿ ਉਹਦਾ ਜਿਨਸੀ ਜਿਹੜਾ ਜੀ ਉਹ ਛੇੜਛਾੜ ਹੋਈ ਹੈ, ਪਰ ਜਿਹੜਾ ਵਾਈਸ ਚਾਂਸਲਰ ਹੈ ਜੀ ਉਹ ਪੈਰ ਨਹੀਂ ਲੱਗਣ ਜਿਹੜਾ ਜੀ ਉਹ ਦੇ ਰਿਹਾ। ਉਹੀ ਵਾਈਸ ਚਾਂਸਲਰ ਜੀ ਨੇ ਪਿਛਲੇ ਦਿਨੀ ਇੱਕ ਜਿਹੜਾ ਜੀ ਸ਼੍ਰੀ ਰਵੀ ਸ਼ੰਕਰ ਨੂੰ ਸੱਦ ਕੇ ਉੱਥੇ ਨਵਾਂ ਵਿਵਾਦ ਜਿਹੜਾ ਜੀ ਉਹ ਖੜ੍ਹਾ ਕੀਤਾ ਸੀਗਾ। ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਉਹ ਇਹ ਕਹਿੰਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਪੜਤਾਲ ਦਾ ਸਾਹਮਣਾ ਕਰਨ ਲਈ ਤਿਆਰ ਹੈ ਅਤੇ ਜਾਂਚ ਕਮੇਟੀ ਨੂੰ ਇਹਦੇ ਬਾਰੇ ਪਹਿਲਾਂ ਹੀ ਲਿਖਤੀ ਤੌਰ ਦੇ ਉੱਤੇ ਸੂਚਿਤ ਜਿਹੜਾ ਜੀ ਉਹ ਜਿਹੜਾ ਕੀਤਾ ਜਾ ਚੁੱਕਿਆ। ਇਹ ਵੀ ਇਹ ਹੈ ਕਿ ਜਿਹੜੀ ਐਕਸ਼ਨ ਕਮੇਟੀ ਹੈ ਉਹ ਲਗਾਤਾਰ ਧਰਨੇ ਦੇ ਉੱਤੇ ਜਿਹੜਾ ਜੀ ਉਹ ਬੈਠੀ ਹੈ।
ਔਰ ਧਰਨੇ ਦੇ ਉੱਤੇ ਇਸ ਕਰਕੇ ਜਿਹੜਾ ਜੀ ਉਹ ਬੈਠੀ ਹੈ ਕਿ ਇਹਦੇ ਵਿੱਚ ਵਾਈਸ ਚਾਂਸਲਰ ਨੂੰ ਜਿਹੜਾ ਜੀ ਉਹ ਸ਼ਾਮਲ ਕੀਤਾ ਜਿਹੜਾ ਜੀ ਉਹ ਜਾਵੇ। ਜਿਹੜਾ ਡਿਪਟੀ ਕਮਿਸ਼ਨਰ ਦੇ ਨਜ਼ਦੀਕ ਲੱਗੇ ਧਰਨੇ ਦੇ ਵਿੱਚ ਐਕਸ਼ਨ ਕਮੇਟੀ ਨੇ ਇੱਕ ਜਾਸੂਸ ਨੂੰ ਫੜਿਆ ਜੀ, ਉਹਦਾ ਮੋਬਾਈਲ ਆਪਣੇ ਕਬਜ਼ੇ ਦੇ ਵਿੱਚ ਲਿਆ ਜਿਹਨੇ ਧਰਨੇ ਸੰਬੰਧੀ ਫੋਟੋਗ੍ਰਾਫੀ ਜਿਹੜੀ ਜੀ ਉਹ ਕੀਤੀ ਹੋਈ ਸੀ। ਇਹ IAS ਆਫੀਸਰ ਦਾ ਡਰਾਈਵਰ ਦੱਸਿਆ ਗਿਆ ਜਿਹੜਾ ਕਿ ਵਿਵਾਦਾਂ ਦੇ ਘੇਰੇ ਦੇ ਵਿੱਚ ਘਿਰੇ ਡਾਕਟਰਾਂ ਦੀ ਮਦਦ ਦੇ ਵਾਸਤੇ ਫਰੀਦਕੋਟ ਜਿਹੜਾ ਜੀ ਉਹ ਆਇਆ ਹੋਇਆ ਸੀਗਾ। ਜਿਹੜੇ ਧਰਨੇ 'ਤੇ ਬੈਠੀ ਐਕਸ਼ਨ ਕਮੇਟੀ ਆ ਉਹ ਕਹਿੰਦੀ ਆ ਕਿ ਇੱਕ ਪਾਸੇ ਤਾਂ ਉਹਨਾਂ ਦੀ ਜਾਸੂਸੀ ਜਿਹੜੀ ਦੀ ਉਹ ਕਰਵਾਈ ਜਾ ਰਹੀ ਆ ਔਰ ਉਹਨਾਂ ਨੂੰ ਜਿਹੜੀ ਆ ਜੀ ਇਨਸਾਫ ਦੀ ਆਸ ਜਿਹੜੀ ਉਹ ਹੈ ਨਹੀਂ ਗੀ, ਕਿਉਂਕਿ ਜਦੋਂ ਜਾਸੂਸੀ ਕਰਵਾਈ ਜਾ ਰਹੀ ਹੈ ਤਾਂ ਇਹ ਕਿਹਾ ਜਾ ਰਿਹਾ ਕਿ ਜੇ ਜਾਸੂਸੀ ਕਰਾ ਕੇ ਉਹਨਾਂ ਨੇ ਜਿਹੜਾ ਜੀ ਇਹਦਾ ਹੱਲ ਕਰਾਉਣਾ ਫਿਰ ਤਾਂ ਇਹਦਾ ਹੱਲ ਸ਼ਾਇਦ ਕੋਈ ਜਿਹੜਾ ਜੀ ਉਹ ਨਿਕਲ ਹੀ ਨਾ ਜਿਹੜਾ ਜੀ ਸਕੇ। ਸੋ ਇਹ ਹਾਲਾਤ ਜਿਹੜੇ ਦੀ ਫਰੀਦਕੋਟ ਦੇ ਜਾਂ ਲਾਅ ਐਂਡ ਆਰਡਰ ਦੇ ਜਾਂ ਚਾਰ ਚੁਫੇਰੇ ਜਿਹੜੇ ਦੀ ਉਹ ਪੰਜਾਬ ਦੇ ਵਿੱਚ ਇਸ ਵੇਲੇ ਬਣੇ ਹੋਏ ਆ। ਉਂਝ ਵੈਸੇ ਜਾਂਦੇ ਜਾਂਦੇ ਇਹ ਦੱਸ ਦਈਏ ਕਿ ਪਿਛਲੇ ਤਕਰੀਬਨ 2 ਦਿਨ ਤੋਂ ਪਏ ਮੀਂਹ ਨੇ ਜਿਹੜਾ ਜੀ ਪੰਜਾਬ ਦੇ ਜਿਹੜਾ ਪੋਲਿਊਸ਼ਨ ਦੇ ਨਾਲ ਗੰਦੀ ਹੋਈ ਜਿਹੜੀ ਹਵਾ ਸੀ ਉਹਨੂੰ ਜ਼ਰੂਰ ਜਿਹੜਾ ਜੀ ਉਹ ਸਾਫ਼ ਕੀਤਾ। ਪੋਲੀਟੀਕਲ ਤੌਰ ਦੇ ਉੱਤੇ ਜਿਹੜੀ ਗੰਦੀ ਹੋਈ ਹਵਾ ਹੈ ਉਹਨੂੰ ਕਿਹੜਾ ਮੀਂਹ ਸਾਫ਼ ਕਰੂਗਾ ਇਹਦੇ ਵਾਸਤੇ ਜਿਹੜਾ ਜੀ ਉਹ ਇੰਤਜ਼ਾਰ ਹੀ ਰਹੂਗਾ। ਬਹੁਤ ਬਹੁਤ ਧੰਨਵਾਦ ਸਭ ਦਾ ਔਰ ਦੁਬਾਰਾ ਮੁਲਾਕਾਤ ਰਹੂਗੀ ਜੀ, ਤਦ ਤੱਕ ਲਈ ਦੱਸਦੇ ਹੋ ਧੰਨਵਾਦ, ਸਤਿ ਸ਼੍ਰੀ ਅਕਾਲ।